ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਨਿਜ਼ਾਮਪੁਰ ਤੋਂ 5 ਵਾਰ ਅਕਾਲੀ ਦਲ ਵੱਲੋਂ ਸਰਪੰਚ ਰਹਿ ਚੁੱਕੇ ਤੇ ਯੂਥ ਅਕਾਲੀ ਦਲ ਦੇ ਸਕੱਤਰ ਹਰਿੰਦਰ ਸਿੰਘ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ। ਹਰਿੰਦਰ ਸਿੰਘ ਮੁਤਾਬਕ ਅਕਾਲੀ ਦਲ 'ਚ ਹੁਣ ਸੁਣਵਾਈ ਨਹੀਂ ਹੋ ਰਹੀ ਹੈ ਤੇ ਨਾ ਹੀ ਲੋਕਾਂ ਦੇ ਹਿੱਤ ਦੀ ਗੱਲ ਹੋ ਰਹੀ ਹੈ। ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 9 ਸਾਲਾਂ 'ਚ ਉਹਨਾਂ ਦੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਤੇ ਉਹ ਕਹਿੰਦੇ ਨੇ ਕਿ ਹੁਣ ਉਹ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਦਿਵਾਉਣਾ ਚਾਹੁੰਦੇ ਨੇ ਜਦੋਂ ਉਹਨਾਂ ਦੇ ਰਾਜ 'ਚ ਪੰਜਾਬ ਖੁਸ਼ਹਾਲ ਸੀ ਤੇ ਇਸੇ ਦੇ ਚੱਲਦਿਆਂ ਜਲਦ ਹੀ ਉਹ ਕਾਂਗਰਸ 'ਚ ਵੀ ਸ਼ਾਮਲ ਹੋਣਗੇ। ਖੁਦ ਮੇਰੇ 'ਤੇ ਵੀ ਆਪਣਾ ਪਰਚਾ ਕਰਵਾਇਆ ਗਿਆ ਜੀ, MLA ਨੇ ਖੁਦ 2014 ਦੇ ਵਿੱਚ ਮੇਰੇ 'ਤੇ ਵੀ ਆਪਣਾ FIR ਦਰਜ ਕਰਵਾਈ ਗਈ। ਹਾਲਾਂਕਿ ਮੈਂ ਉਸ ਵਕਤ ਜਦੋਂ ਝਗੜਾ ਹੋਇਆ ਮੈਂ ਦਰਬਾਰ ਸਾਹਿਬ ਬੈਠਾ ਸੀ, SHO ਨੇ ਲੋਕੇਸ਼ਨਾਂ ਕਢਾਈਆਂ ਉਹ ਦਰਬਾਰ ਸਾਹਿਬ ਦੀਆਂ ਆਈਆਂ ਸੀ, ਪਰ ਫਿਰ ਵੀ ਮੇਰੇ 'ਤੇ ਪਰਚਾ ਕਰਵਾਇਆ ਜੀ 307 ਦਾ। ਅਸੀਂ ਆਪਣੇ ਕਾਂਗਰਸ ਨੂੰ ਸਪੋਰਟ ਕਰਾਂਗੇ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਮਤਲਬ ਦੂਜਾ ਆਪਣਾ ਅਸੀਂ ਉਹਦੀਆਂ ਨੀਤੀਆਂ ਪਸੰਦ ਕਰਦੇ ਹਾਂ ਜੀ, ਸਪੋਰਟ ਕਰਾਂਗੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।